जी सत श्री अकाल जी सारिआं नूं टवाणा फैमिली दे विच तुहाडा स्वागत है जी। आपां अज बनावांगे जी आलू वाले परौंठे, क्योंकि कई काफ़ी टाइम तो मैनूं रिक्वेस्ट आ रही सीगी अपने एक बहुत प्यार वीडियो ने दुबई तो, ते वो कह रहे सी सानूं आलू वाला परौंठा बना के दिखाओ। उन्होंने कई बार कहा, अज मैं उन्होंने रिक्वेस्ट पूरी कर रही हूँ जी। तो आप बनाने जी आलू वाला परौंठा। जे तुसीं मेरे चैनल ते आए हो नवें ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ, ਅਤੇ ਆਪਾਂ ਬਣਾਉਂਦੇ ਹਾਂ ਜੀ ਆਲੂ ਵਾਲਾ ਪਰੌਂਠਾ, ਤੁਸੀਂ ਕਰੋ ਜੀ ਇੰਜੋਏ ਵੀਡੀਓ। ਇਹ ਮੈਂ ਲਏ ਨੇ ਜੀ ਆਲੂ ਬੋਇਲ ਕੀਤੇ ਹੋਏ ਨੇਗੇ, ਇਹ ਮੈਂ ਗਰੇਟ ਕਰ ਲਏ ਨੇ ਕਿਉਂਕਿ ਫਿਰ ਉਹਨੀ ਗੱਠ ਜੀ ਰਹਿ ਜਾਂਦੀ ਹੈ ਜੇ ਆਪਾਂ ਹੱਥਾਂ ਨਾਲ ਭੋਰਦੇ ਹਾਂ ਇਹਨਾਂ ਨੂੰ। ਮੈਂ ਕੱਦੂਕਸ਼ ਨਾਲ ਇਹਨਾਂ ਨੂੰ ਕੱਦੂਕਸ਼ ਕਰ ਲਿਆ ਜੀ, ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਹ ਪਿਆਜ਼ ਨੇ ਅਤੇ ਹਰੀ ਮਿਰਚ ਆ ਜੀ। ਇਹਨਾਂ ਨੂੰ ਮੈਂ ਬਰੀਕ ਉਹ ਕਰ ਲਿਆ, ਚੌਪ ਕਰ ਲਿਆ ਇਹਦੇ ਵਿੱਚ, ਕਿਉਂਕਿ ਜੇ ਆਪਾਂ ਕਰਦ ਨਾ ਕੱਟਦੇ ਫਿਰ ਵੀ ਮੋਟੇ ਰਹਿ ਜਾਂਦੇ ਆ ਉਹ, ਥੋੜ੍ਹੇ ਜਿਹੇ ਫਿਰ ਪਰੌਂਠੇ ਦੇ ਵਿੱਚੋਂ ਬਾਹਰ ਆਈ ਜਾਂਦੇ ਹੁੰਦੇ ਆ। ਇਸ ਕਰਕੇ ਮੈਂ ਇਸੇ ਆਹ ਛੋਟੀ ਜਿਹੀ ਮਸ਼ੀਨ ਜੀ ਹੁੰਦੀ ਆ ਇਹਦੇ ਨਾਲ ਕਰ ਲੈਂਦੀ ਹੁੰਦੀ ਹਾਂ। ਅਤੇ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਮਸਾਲੇ ਜੀ, ਮਸਾਲਿਆਂ ਦੇ ਵਿੱਚ ਨਮਕ ਟੇਸਟ ਦੇ ਅਕੋਰਡਿੰਗ, ਕਿਉਂਕਿ ਹਰੀ ਮਿਰਚ ਪਾਈ ਆ, ਲਾਲ ਮਿਰਚ ਆਪਾਂ ਥੋੜ੍ਹੀ ਪਾਵਾਂਗੇ, ਥੋੜ੍ਹੀ ਜਿਹੀ ਹਲਦੀ ਜੀ, ਗਰਮ ਮਸਾਲਾ ਅਤੇ ਜੀਰਾ, ਧਨੀਆ ਜੇ ਆਪਣੇ ਹੋਇਆ ਨਹੀਂ ਜੀ ਸਮਾਰ ਕੇ, ਨਹੀਂ ਧਨੀਆ ਵੀ ਪੈ ਜਾਂਦਾ ਵਿੱਚ ਫਿਰ ਬਹੁਤ ਟੇਸਟੀ ਬਣ ਜਾਗੇ। ਅਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ। ਲਓ ਜੀ ਆਹ ਮਸਾਲੇ ਆਪਾਂ ਤਿਆਰ ਕਰ ਲਏ ਨੇ ਆਲੂਆਂ ਦਾ ਮਸਾਲਾ। ਲਓ ਜੀ ਹੁਣ ਆਪਾਂ ਅਤੇ ਮੈਂ ਜ਼ਿਆਦਾਤਰ ਪਰੌਂਠੇ ਵੱਡੇ ਬਣਾਉਣੀ ਹੁੰਦੀ ਹਾਂ ਜੀ, ਕਿਉਂਕਿ ਪਰੌਂਠਾ ਹੁੰਦਾ ਜਿਹੜਾ ਵੱਡਾ ਹੀ ਵਧੀਆ ਲੱਗਦਾ। ਹੁਣ ਆਪਾਂ ਇਹਦੇ ਵਿੱਚ ਜਿਹੜਾ ਮਸਾਲਾ ਜੀ ਇਸ ਤਰ੍ਹਾਂ ਭਰ ਦਾਂਗੇ। ਛੇਤੀ ਹੋ ਜਾਂਦਾ, ਟਾਈਮ ਨਹੀਂ ਲੱਗਦਾ ਹੈਗਾ ਫਿਰ। ਹੁਣ ਆਪਾਂ ਇਹਦੇ 'ਤੇ ਘੀ ਲਾ ਦਾਂਗੇ ਜੀ। ਫਿਰ ਜਿਹੜਾ ਆਲੂ ਵਾਲਾ ਪਰੌਂਠਾ ਹੁੰਦਾ ਘੀ ਨਾਲੇ ਵਧੀਆ ਲੱਗਦਾ। ਤੁਸੀਂ ਇਹਨੂੰ ਚਾਹ ਨਾਲ ਖਾ ਲਓ, ਦਹੀਂ ਨਾਲ ਖਾ ਲਓ, ਮੱਖਣ ਨਾਲ ਜਿਵੇਂ ਮਰਜ਼ੀ ਖਾ ਸਕਦੇ ਹੋ ਜੀ, ਬਹੁਤ ਟੇਸਟੀ ਬਣਦੇ ਹੈਗੇ। ਲਓ ਜੀ ਦੇਖੋ ਆਪਣਾ ਪਰੌਂਠਾ ਰੈਡੀ ਆ, ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ।
लो जी देखो अपने परौंठे बन गए ने। इनू आप दही नाल खावांगे ते मक्खन नाल भी खा सकते हैं, चाह नाल भी, लस्सी नाल, जिहदी मर्जी नाल खा सकते हैं जी। अपने परौंठे आलू वाले रेडी ने। हाँ जी, जे तुहानू मेरी वीडियो वधिया लगी तां वीडियो लाइक करो, शेयर करो जी, ते कमेंट करके दस्सिओ भी जी। मिलांगे किसी नवी वीडियो दे विच नवी रेसिपी दे नाल। तद तक लई सारिआं नूं प्यार भरी सति श्री अकाल जी।